ਸਤਿ ਸ਼੍ਰੀ ਅਕਾਲ ਜੀ, ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ। ਤਾਂ ਸੱਜਣੋ, ਅੱਜ ਦੀ ਵੀਡੀਓ ਬਣਾਉਣ ਆਪਾਂ ਕਹਿੰਦੇ ਵੀ ਚੂਲੜ ਖੁਰਦ ਪਹੁੰਚੇ ਹੋਏ ਹਾਂ, ਤਹਿਸੀਲ ਲਹਿਰਾ ਗਾਗਾ ਤੇ ਜ਼ਿਲ੍ਹਾ ਸੰਗਰੂਰ ਰਹਿ ਜਾਂਦਾ, ਪਿੰਡ ਆ ਗਿਆ ਬਾਈ ਹੋਰਾਂ ਦਾ ਬਾਰਡਰ ਤੇ। ਜੇ ਹਰਿਆਣੇ ਦੀ ਗੱਲ ਕਰ ਲਈਏ, ਜਾਖਲ ਹਰਿਆਣਾ ਸਿਰਫ ਬਾਈ ਤੋਂ 4 ਤੋਂ 5 ਕਿਲੋਮੀਟਰ ਦੀ ਦੂਰੀ ਤੇ ਆ। ਕੰਮ ਹੈਗਾ ਬਾਈ ਦਾ ਵਪਾਰ ਦਾ, ਝੋਟੀਆਂ ਦੋ ਦਿਖਾਵਾਂਗੇ, ਇੱਕ ਝੋਟੀ ਤਾਂ ਆ ਦਿਖਾਵਾਂਗੇ, ਮੰਨ ਲਓ ਵੀ ਨਗੀਨਾ ਹੀ ਆ, ਤੇ ਇੱਕ ਪੈਂਦੀ ਆ ਨੀਲੀ ਰਾਵੀ ਚ, 100 ਦੀ 100 ਨਹੀਂ ਕਹਿ ਸਕਦੇ ਪਰ ਪੈਂਦੀ ਆ ਵੀ 80 ਤੋਂ 90% ਨੀਲੀ ਦਾ ਚੰਗਾ ਸੀਮਨ ਲਾ ਕੇ ਨੀਲੀ ਦਾ ਬੱਚਾ ਵੀ ਚੰਗਾ ਪਾ ਦੂ। ਬਾਕੀ ਡਿਟੇਲ ਬਾਈ ਨੂੰ ਪੁੱਛ ਲਾਂਗੇ। ਦੋਵੇਂ ਪਸ਼ੂਆਂ ਦਾ ਜਿਹੜਾ ਰੇਟ ਆ, ਰੇਟ ਦੋਵਾਂ ਦਾ ਵੀਡੀਓ ਜੀ ਕਰਾ ਦਾਂਗੇ। ਆ ਜਾਓ ਜੀ, ਹੋਰ ਕੀ ਹਾਲ ਆ ਜੀ? ਸਤਿ ਸ਼੍ਰੀ ਅਕਾਲ ਬਾਈ। ਠੀਕ ਠਾਕ ਹੋ? ਹਾਂਜੀ ਠੀਕ ਨਾਮ ਆ। ਤੇ ਐਡਰੈਸ ਬੋਲ ਦਿਓ ਜੀ। ਨਾਮ ਵੀਰ ਸਿੰਘ, ਵੀਰ ਸਿੰਘ, ਪਿੰਡ ਆਪਣਾ ਚੂਲੜ ਖੁਰਦ ਆ ਗਿਆ ਬਾਈ, ਚੁਗਲ ਖੁਰਦੀ। ਹਾਂ ਜੀ, ਜਾਖਲ ਕਿੰਨੀ ਕੁ ਦੂਰ ਆ ਬਾਈ ਰੋਂ? 5 ਕਿਲੋਮੀਟਰ ਵੀ, ਨੰਬਰ ਵੀ ਬੋਲ ਦਿਓ ਆਪਣਾ। 8683-6754। 8683-6754 6754 67954। हाँ ਕੰਮ ਆਪਣਾ ਬਾਈ ਵਪਾਰ ਦਾ ਹੀ हाँ ਆ। ਵਿਪਾਰ ਦਾ ਕਿੰਨਾ ਕੁ ਹੀ। ਟਾਈਮ ਹੋ ਗਿਆ ਕਰਦਿਆਂ ਨੂੰ? ਮੈਨੂੰ 5 ਸਾਲ ਹੋ ਗਏ। 5 ਸਾਲ? ਹਾਂ ਬਾਈ, ਤਜਰਬਾ ਹੋ ਗਿਆ ਹੈ ਨਾ। ਹਾਂ, ਉਮਰ ਕਿੰਨੀ ਆਪਣੀ? ਮੇਰੀ ਵੀ 20 ਸਾਲ ਦੀ ਉਮਰ ਹੋ ਗਈ। 15 ਜੇ ਲੱਗ ਗਿਆ ਫਿਰ ਹੈ। ਹਾਂ, 15 ਸਾਲ ਦਾ ਲੱਗ ਠੀਕ ਗਿਆ। ਹੈ ਗੱਲ, ਸ਼ੁਰੂ ਕਰ ਲਈ ਆ ਝੋਟੀ ਤੋਂ? ਹਾਂ ਬਾਈ। ਆ ਇਹ ਤੇ ਮਾਰ ਦੇ ਗਰੀ ਕੈਮਰਾ। ਇੱਕ ਗੱਲ ਹੋਰ ਦੱਸ, ਤੇਰਾ ਮੋਡੀਫਿਕੇਸ਼ਨ ਨਹੀਂ ਕਰੀ ਬਾਲੀ, ਜਿਵੇਂ ਆਪਾਂ ਕਹਿ ਲਈਏ ਕੋਈ ਲਾਲ ਪੀਲੇ ਤਲਿਆਰੇ ਜਾਂ ਫਟੇ ਫੁਟੇ ਨਹੀਂ ਪਾਏ ਬਾਈ ਨੇ, ਤੇ ਵੀਡੀਓ ਪਹਿਲੀ ਆ ਇਸ ਘਰ ਦੇ ਵਿੱਚੋਂ। ਉਮੀਦ ਕਰੂੰਗਾ ਵੀ ਜਾਨਵਰ ਨੇ, ਜਿਹੜੇ ਜਾਨਵਰ ਤੁਹਾਨੂੰ ਜੈਨੂਅਨ ਮਿਲਣਗੇ। ਬਿਲਕੁਲ। ਇਹਦਾ ਸੂਆ ਕਿਹੜਾ ਬਾਈ? ਦੂਜਾ ਸੂਆ ਵੀ ਇਹਦਾ। ਤੋੜ ਦੋ ਜੀ ਖੋਲ ਕੇ। ਸੂਆ ਦੂਜਾ ਤੇ ਕੰਮ ਮੈਂ ਕਹਿੰਦਾ ਡਾਲੇ ਤੀ ਆ, ਹਨਾ। ਹਾਂ ਬਾਈ, ਆ ਸੂਣ ਦੇ ਏੜ ਗੇੜੀ ਆ। ਪਹਿਲਾਂ ਦਾ ਕੀ ਰਿਕਾਰਡ ਰਿਹਾ ਇਹਦਾ? ਬਈ 16 ਕਿਲੋ ਦਾ ਰਿਕਾਰਡ ਰਿਹਾ ਪਹਿਲਾਂ ਦਾ। ਪਹਿਲਾਂ ਦਾ ਰਿਕਾਰਡ ਬਾਈ ਕਹਿੰਦਾ ਹੈਗਾ 16 ਕਿਲੋ ਦਾ। ਇਹ ਝੋਟੀ ਆਪਾਂ ਕਿੱਧਰੋਂ ਖਰੀਦੀ ਆ? ਇਹ ਤਾਂ ਮਧਾਨ ਸਾਹਿਬ ਲਈ ਵੀ। ਹਰਿਆਣੇ ਚੋਂ। ਹਾਂ ਬਾਈ, ਸਵਾਹ ਦੀ ਠੰਡੀ ਲੱਗਦੀ ਆ, ਸਿੰਗਰ ਜਿਹਨਾਂ ਲਾ ਗਿਆ ਬੰਦ ਜਮਾ, ਹਨਾ। ਆ ਥਣ ਦਾ ਸਾਇਜ਼ ਬਹੁਤ ਸੋਹਣਾ ਰੱਖਦੀ ਆ, ਥਣ ਦਾ ਜਿਹੜਾ ਸਾਇਜ਼ ਆ, ਸਾਇਜ਼ ਹੈਗਾ ਸੱਜਣੋ ਬਾਕਮਾਲ। ਤੇ ਬਾਕੀ ਜਿਹੜੀ ਨਾ ਝੋਟੀ ਦੀ ਆਰਡਰ ਕੁਆਲਿਟੀ ਆ, ਕਹਿ ਸਕਦੇ ਆ ਵੀ ਯਾਰ ਆਪਾਂ 5 ਸਟਾਰ ਝੋਟੀਆਂ ਚਾਹੁੰਦੀ ਆ ਬਾਈ, ਹਨਾ। ਹਾਂਜੀ ਬਾਈ, ਆ ਬਰੀਕ ਵੀ ਫੁੱਲ ਆ ਗਈ, ਚਮੜਾ ਵੀ ਬਿਲਕੁਲ ਬਰੀਕ ਚਮੜੇ 'ਚ ਆ ਗਈ, ਤੇ ਪੂਛ ਥੋੜੀ ਜਿਹੀ ਵਾਈਟ ਆ ਗਈ, ਤੇ ਥੋੜੇ ਜਿਹੇ ਨਿਸ਼ਾਨ ਪਿਛਲੇ ਪੈਰਾਂ ਤੇ ਆ ਗਏ, ਹਨਾ। ਹਾਂ ਵੀ ਹੈਗੀ ਆ ਡੱਬੇ। ਆ ਝੋਟੀ ਹੈਗੀ ਆ ਪਰ ਹਰਿਆਣੇ ਦੀ, ਸਵਾਹ ਦੀ ਬਿਲਕੁਲ ਠੰਡੀ ਸੀਲ ਆ, ਸਿੰਗ ਜਮਾ ਬੰਦ ਆ ਗਿਆ, ਤੇ ਬਰੀਕੀਆਂ ਆ ਗਈਆਂ ਝੋਟੀ 'ਚ ਸੱਜਣੋ ਫੁੱਲ ਆ। ਤੇ ਬਾਕੀ ਜਿਹੜਾ ਥਣ ਦਾ ਸਾਇਜ਼ ਲੱਗਿਆ, ਉਹਦੀ ਤਾਂ ਆਪਾਂ ਯਾਰ ਜਿੰਨੀ ਕੁ ਤਾਰੀਫ ਕਰਦੀ ਉਨੀ ਕੁ ਥੋੜੀ ਆ। ਐ ਐ ਨੂੰ ਘੁਮਾ ਦੇ ਜੀ, ਐ ਨੂੰ ਤੋੜ ਦੋ, ਤੇ ਪਿਛਾਂ ਵਾਲੇ ਬੰਨੇ ਕਹਿੰਦੀ ਆਰਡਰ ਦਿਖਾ ਦੀ, ਸਮਾਰ ਕੇ ਤੁਰਦੀ ਦਾ। ਲੈ ਚਲੋ ਲੈ ਚਲੋ, ਐ ਨੂੰ ਇੱਥੋਂ ਘੁਮਾ ਲਿਓ। ਆਰਡਰ ਰੱਖੂਗੀ ਬਾਈ ਫੁੱਲ ਚੌੜਾ? ਇਸ ਵਾਰੀ ਕੀ ਵੀਰਾ ਕਿੰਨਾ ਕੁ ਦੁੱਧ ਪਾ ਸਕਦੀ ਆ? ਇਹ ਕੱਢ ਦੂ ਵੀ 18 ਕਿਲੋ। 17-18 ਕਿਲੋ, ਹਨਾ। 18 ਕਿਲੋ ਕੱਢ ਦੂ ਜੀ। ਚਵਾਈ ਦੀ ਕਿਵੇਂ ਆ? ਚਵਾਈ ਦੀ ਬੋਲੀ ਵੀ। ਤੇ ਬਾਕੀ ਥਣ ਦਾ ਸਹਿਜ ਹੀ ਦੱਸ ਦੂ ਕਾਰੀਗਰ ਹਾਂ ਸੱਜਣ ਨੂੰ ਦਾ, ਹਨਾ। ਹਾਂ ਜੀ, ਆ ਲੈ ਆਓ ਜੀ, ਕਾਰੀਗਰ ਭਰਾ ਨੂੰ ਤਾਂ ਇਹਦੇ ਥਣ ਦਾ ਸਹਿਜ ਹੀ ਦੱਸ ਦੂਗਾ ਵੀ ਚਵਾਈ ਆ। ਚਵਾਈ ਇਹਦੀ ਬਿਲਕੁਲ ਫੋਕੀ ਹੋਊਗੀ, ਤੇ ਇਹਦੀ ਚਮੜੀ ਆ, ਚਮੜਾ ਬਾਈ ਇਹਦਾ ਆ ਗਿਆ ਜਮਾ ਬਰੀਕ, ਜਿੱਥੋਂ ਮਰਜ਼ੀ ਚੁੰਡੀ ਭਰ ਲਿਓ, ਓਵਰ ਫੈਟ ਨਹੀਂ ਹੈਗੀ। ਹਰਿਆਣੇ ਦੇ ਪਸ਼ੂਆਂ ਦੀ ਇੱਕ ਜੇ ਆਪਾਂ ਗੱਲ ਕਰ ਲਈਏ ਨਾ, ਇੱਕ ਖਾਸੀਅਤ ਹੁੰਦੀ ਆ ਵੀ ਉਧਰ ਚਾਰ ਚੂਰ ਵਾਲਾ ਸਿਸਟਮ ਨਹੀਂ ਹੁੰਦਾ, ਦਾਣੇ ਨਾ ਦੀ ਜੀ, ਪਾਲਦੇ ਆ ਦਾਣੇ ਨਾ। ਦੇ। ਹਾਂ ਜੀ, ਆ ਚੰਗੀ ਖੁਰਾਕ ਤੇ ਉਰਲੇ ਵੱਲੋਂ ਕਹਿੰਦੀ ਆਰਡਰ ਇੱਥੋਂ ਦਿਖਾ ਦੇ, ਇੱਥੋਂ ਦੀ ਆਰਡਰ ਕੁਆਲਿਟੀ ਕਰਾ ਦੇ ਚੈੱਕ, ਉਨੇ ਹੀ ਗਾਂਹ ਨੂੰ ਆਰਡਰ ਤੇ ਉਨੇ ਹੀ ਪਿੱਛੇ ਨੂੰ ਆ ਗਿਆ। ਜੇ ਗੱਲ ਕਰ ਲਈਏ ਸ਼ੂ ਤੱਕ ਦਾ ਆਰਡਰ ਆ ਗਿਆ, ਤੇ ਇਧਰਲੇ ਵੱਲੋਂ ਥਣ ਦਾ ਸਾਇਜ਼ ਵੀ ਦਿਖਾ ਦੇ, ਤੇ ਇੱਕ ਦਾ ਹੁੰਦਾ ਆਰਡਰ ਭੀੜਾ ਜਾ, ਉਹ ਸਿਸਟਮ ਨਹੀਂ ਹੈਗਾ। ਆਰਡਰ ਆ ਗਿਆ ਝੋਟੀ ਦਾ ਫੁੱਲ ਐ ਕਹਿ ਸਕਦੇ ਆ, ਚੌੜਾ ਆਰਡਰ ਇੱਥੋਂ ਕਰ ਸਕਦੇ ਹੋ ਚੈੱਕ। ਦਿਨ ਹੋ ਸਕਦਾ ਹਲੇ ਇੱਕ ਅੱਧਾ ਝੋਟੀ ਕੱਢ ਦੇ, ਕੱਢ ਹੋ ਦੂਗੀ ਕੱਢ ਦੂਗੀ। ਸਕਦਾ ਜਦੋਂ ਤੱਕ ਮੈਂ ਇਹਦੀ ਵੀਡੀਓ ਅਪਲੋਡ ਕਰਾਂ ਕੱਲ ਤੱਕ ਇਹ ਸੂ ਵੀ ਸਕਦੀ ਉਦੋਂ ਤੱਕ। ਹਾਂ ਬਾਈ, ਪੈਸੇ ਕਿੰਨੇ ਲੈ ਲਾਂਗੇ ਜੀ? ਪੈਸੇ 1,55 ਬਾਈ। 1,55,000 ਹਾਂ ਹੋਊ ਹਾਂ ਮਾਨਤਾਨ ਕੋਈ? ਹਾਂ ਕਰਦਾ ਬਾਈ। ਆ ਮਾਨਤਾਨ ਬਾਈ ਕਹਿੰਦਾ ਕਰ ਦਾਂਗੇ, ਮੁੱਲੇ ਦਾ 1,55,000 ਆ, ਆਰਡਰ ਤੇ ਕਰੀ ਕਿਹੜਾ ਹੋਰ ਮਾਰ ਦੂਗੇ। ਆਰਡਰ ਤਾਂ ਇੰਜ ਹੀ ਕਰਦਾ ਵੀ ਇਹਦਾ, ਦਿਖਾਈਏ ਜਾਈਏ, ਹੁਣ ਥੋੜਾ ਜਿਹਾ ਡਰਦੀ ਹੈ ਨਾ। ਇੱਥੋਂ ਇੱਥੋਂ ਦਿਖਾ ਦੇ ਮਾਰ ਕੇ, ਜਦੋਂ ਇਧਰਲੇ ਬੰਨੇ ਜਾਊਗੀ ਨਾ, ਇੱਥੋਂ ਦਿਖਾ ਦੇ ਜੀ ਆਰਡਰ ਕੁਆਲਿਟੀ। ਆਰਡਰ ਵੀ ਫੁੱਲ ਚੜਾਈ 'ਚ ਆ ਗਿਆ,
ਕੁਆਲਿਟੀ ਦੀ ਝੋਟੀ ਆ ਗਈ ਇੱਥੋਂ, ਫੇਸ ਕੁਆਲਿਟੀ ਦੀ ਮਾਰਨੀ ਇੱਕ ਵਾਰੀ, ਸਿੰਗ ਸੁੰਗ ਕਰਾ ਲਈ ਚੈੱਕ, ਬੰਦ ਸਿੰਗ 'ਚ ਆ ਗਈ, ਚੰਗੀ ਬਰੀਡ ਤਿਆਰ ਕਰ ਦੂਗੀ ਜਿਹੜੇ ਭਰਾ ਨੇ ਲਿਜਾਣੀ ਹੈ। ਦੁੱਧ ਕਿੰਨਾ ਕੁ ਲੰਬਾ ਟਾਈਮ ਪਾਉਂਦੀ ਹੈ ਬਾਈ? ਦੁੱਧ ਕੱਢਦੇ 8 ਮਹੀਨੇ ਬਾਈ, ਲੰਮਾ ਟਾਈਮ ਦੁੱਧ ਦੇਣਾ? ਹਾਂ ਲੰਮਾ ਟਾਈਮ, ਆਪ ਛੱਡਣੀ ਪੈਂਦੀ ਦੁੱਧ ਤੋਂ ਬਾਈ, ਦੁੱਧ ਛੱਡਣਾ ਹੀ ਪੈਂਦਾ ਠੀਕ ਹੈ ਗੱਲ। ਇੱਥੋਂ ਦਿਖਾ ਦਿੰਗੇ ਜੀ, ਹਾਂ ਥਣਾਂ ਦੀ ਕੁਆਲਿਟੀ, ਆਰਡਰ ਕੁਆਲਿਟੀ ਥਣਾਂ ਦੀ ਕੁਆਲਿਟੀ ਵਾਲੀ, ਉਹਦਾ ਕੰਡੇ ਕੱਢਦੀ ਆ ਯਾਰ ਹਰੇਕ ਪੱਖ ਤੋਂ, ਉੱਕਦੀ ਨਹੀਂ ਕਿਸੇ ਵੀ ਪਾਸੇ। ਇਹ ਹੁਣ ਮਾਰਦੇ 2 ਨੰਬਰ ਵਾਲੀ ਮੈਂ ਤੇ ਕੈਮਰਾ, ਇਹ ਪੰਜਾਬ ਵਾਲੀ ਲੱਗਦੀ ਹੈ ਨਾ, ਇਹ ਪੰਜਾਬ ਚ ਲਈ ਆ, ਤੋੜ ਦੋ ਜੀ ਖੋਲ ਕੇ। ਇਹਦਾ ਸੂਆ ਕਿਹੜਾ ਜੀ? ਇਹ ਤੀਜਾ ਸੂਆ ਬਈ। ਇਹ ਕਿੰਨੇ ਕਦਰ ਕਰਦੀ ਆ? ਇਹ ਕਰ ਦੂਗਾ 7-8 ਦਿਨ ਬਈ, 7-8 ਦਿਨ ਪੈਂਡਿੰਗ ਨੇ। ਹਾਂ ਬਈ, ਇਹਦਾ ਕੀ ਰਿਕਾਰਡ ਯਾਰ ਸਾਹਿਬ ਦੂਜੀ ਸੂਈ ਦਾ? 12 ਕਿਲੋ ਦਾ ਰਿਕਾਰਡ ਹੈ ਦੂਜੀ ਸੂਈ, 12 ਕਿਲੋ ਦਾ। ਹਾਂ ਬਈ, ਇਹਦਾ ਬਾਈ ਕਹਿੰਦਾ 12 ਕਿਲੋ ਦਾ ਜਵਾਬ ਇਹਦੀਆਂ ਦੋ ਅੱਖਾਂ 'ਚ ਹੈਗੇ ਨੇ, ਤੇ ਮਾਰਕਿੰਗ ਵੀ ਪ੍ਰੋਪਰ ਜੀ ਹੈਗੀ ਆ, ਮਤਲਬ ਜਿੰਨੀ ਕੁ ਆਪਾਂ ਕਹਿ ਸਕਦੇ ਆ ਵੀ ਨੀਲੀ 'ਚ ਖਪਦੀ ਆ ਜਾਂ ਨੀਲੀ 'ਚ ਪੈਂਦੀ ਆ, ਢਾਂਚੇ ਦੀ ਸੋਹਣੀ ਆ। ਮੈਂ ਵਜਨ ਵਜੂਦ ਵਾਲੀ ਆ, ਜਾਣ ਵਾਲੀ ਆ। ਇੱਕ ਰਿਕਾਰਡ ਬਾਈ ਨੇ ਜ਼ਰੂਰ ਤੋੜਿਆ, ਦੂਜੇ ਵਪਾਰੀਆਂ ਵਾਂਗੂ ਐਂ ਨਹੀਂ ਆਖਿਆ ਵੀ ਯਾਰ ਇਹਦਾ ਦੂਜਾ ਹੈ ਨਾ, ਨਾ ਨਾ ਬਾਈ, ਤੀਜੇ ਸੂਈ ਹੈ ਠੀਕ ਹੈ ਗੱਲ। ਹਾਂ ਹੈਗੀ ਬਾਈ ਕਹਿੰਦਾ ਤੀਜੇ ਆ, ਪਰ ਜਿਹੜੀ ਬੋਡੀ ਆ, ਜਿਹੜਾ ਵਜਨ ਵਜੂਦ ਆ ਵੀ ਆ ਗਈ ਬਾਈ ਬਿਲਕੁਲ ਨਵੇਂ ਹਾਨ 'ਚ ਹੈ ਨਾ। ਹਾਂ ਬਈ ਨਵੇਂ ਹਾਨ, ਹਾਂ ਸਾਮੀ ਹੋਈ ਆ ਕਿਸੇ ਭਰਾ ਦੀ, ਨੀਲੀ ਦੇ ਬੱਚੇ ਸੋਹਣੇ ਪਾ ਦੂਗੀ ਜਿਵੇਂ ਕਿਸੇ ਭਰਾ ਨੇ ਆਪਾਂ ਕਹਿ ਲਈ ਵੀ ਨੀਲੀ ਰਾਵੀ ਤੇ ਕੰਮ ਕਰਨਾ ਬਰੀਡ ਤੇ। ਹਾਂਜੀ, ਆਰਡਰ ਰੱਖੂਗੀ ਫਾਸਮਾ ਜਾਂ ਬਿਲਕੁਲ ਜਿਵੇਂ ਗਾਵਾਂ ਦਾ ਆਰਡਰ ਹੁੰਦਾ, ਫਿੱਟ ਫਿੱਟ ਜਾ। ਹਾਂ ਫਿੱਟ ਫਿੱਟ ਜਾ ਰੱਖੂਗੀ। ਹਾਂ ਦੁੱਧ ਪਾ ਦੂਗੀ ਬਾਈ 13 ਕਿਲੋ ਜੀ ਪਾ ਦੂਗੀ, 13 ਕਿਲੋ। ਹਾਂ 13 ਕਿਲੋ ਦੁੱਧ ਆਈਡੀਆ ਜਿਹਾ ਹੈਗਾ ਮੇਰਾ, ਇੱਕ ਗੈਸ ਜਾ ਵੀ 13 ਕਿਲੋ ਪਾ ਦੂ। ਬਾਕੀ ਤੁਹਾਨੂੰ ਪਤਾ ਹਰੇਕ ਵੀਡੀਓ 'ਚ ਕਹਿਣਾ ਵੀ ਹੁੰਦਾ ਵੀ ਜਿਹੜੇ ਭਰਾ ਨੇ ਪਸ਼ੂ ਲੈਣਾ ਹੁੰਦਾ ਬਾਈ, ਉਹਨੇ ਆਪਣੀ ਸਮਝ ਨਾਲ ਵੀ ਲੈਣਾ ਹੁੰਦਾ ਵੀ ਆਪਣੇ ਘਰੇ ਆ ਕੇ ਇਹ ਕਿੰਨਾ ਪਾ ਦੂਗੀ। ਤੇ ਵਜਨ ਵਜੂਦ ਵਾਲੇ ਪੱਖ ਤੋਂ, ਜਾਨ ਵਾਲੇ ਪੱਖ ਤੋਂ ਉਹ ਗੱਲਬਾਤ ਨਹੀਂ ਹੈਗੀ ਵੀ ਜਿਵੇਂ ਆਪਾਂ ਕਹਿ ਲਈ ਵੀ 4 ਪਾ ਕੇ ਪਸ਼ੂ ਜ਼ਿਆਦਾ ਮੋਟੇ ਕਰੇ ਹੋਏ ਨੇ। ਹਾਂ ਨਾ ਬਈ, ਹਾਂ ਫਿੱਟ ਫਿੱਟ ਆ ਗਏ ਪਸ਼ੂ। ਚਵਾਈ ਚਵੂਈ ਦੀ ਕਿਵੇਂ ਦੱਸੀ? ਚਵਾਈ ਦੀ ਬੋਲੀ ਵੀ ਚਵਾਈ, ਚਵਾਈ ਦੀ ਫੋਕੀ ਜਮਾ। ਹਾਂ ਬਈ, ਇਹਦਾ ਰੇਟ ਕੀ ਰਹੂਗਾ ਬਾਈ? ਇਹਦਾ 95,000 ਰੁਪਏ ਬਈ। ਕਿੰਨੇ ਕਦੀ ਹੋ ਜੂ ਫਿਕਸ ਜੀ? 90,000 ਦੀ ਦੇਵਾਂਗੇ ਪੂਰੇ 90 ਜੀ। ਹਾਂ ਬਈ, ਜੇ ਕਿਸੇ ਭਰਾ ਨੇ ਜੋੜਾ ਲੈਣਾ ਹੈ ਮਾਫੀ ਹੋ ਜੂ? ਹੋ ਜੂ ਬਈ, ਹੈ ਹੋ ਜੂ ਬਈ। ਅੱਜ ਜੋੜੇ 'ਚ ਬਾਈ ਕਹਿੰਦਾ ਕਰ ਦਾਂਗੇ ਮਾਫੀ, ਆ ਜੋ ਟਿਕੇਰਾ ਹੋਰ ਤੋੜ ਦੇ, ਤੂੰ ਤੋੜ ਦੇ ਹੋਰ ਤੋੜ ਦਿੰਦਾ। ਇਹਦਾ ਸੂਆ ਆ ਗਿਆ ਦੂਜਾ, 1100 ਤੋੜ ਕੇ ਆਪਾਂ ਹੋਰ ਦਿਖਾ ਦਾਂਗੇ। ਮੁੱਲੇ ਦਾ ਬਾਈ ਨੇ ਕਰਿਆ 1,55,000, ਮਾਨਤਾ ਉਹਦੇ 'ਚੋਂ ਬਾਈ ਕਹਿੰਦਾ ਕਰ ਦਾਂਗੇ, ਪਰ ਜਿਵੇਂ ਤੁਹਾਨੂੰ ਦੱਸਿਆ ਵੀ ਥਣ ਦਾ ਸਾਈਜ਼ ਬਹੁਤ ਸੋਹਣਾ ਤੇ ਬਰੀਕ ਝੋਟੀ ਬਹੁਤ ਆ ਗਈ, ਓਵਰ ਫੈਟ ਨਹੀਂ ਹੈਗੀ ਜਿਵੇਂ ਆਪਾਂ ਕਹਿ ਲੈਂਦੇ ਸਿੰਗਲ ਹੱਡੀ ਆ ਗਈ ਨਾ, ਸਿੰਗਲ ਹੱਡੀ ਵਾਲੀ ਝੋਟੀ ਆ, ਦੁੱਧ ਦੇਣ ਵਾਲਾ ਪੀਸ ਕਹਿ ਸਕਦੇ ਹਾਂ ਆਪਾਂ ਇਹਨੂੰ। ਅੱਗੇ ਬਰੀਡ ਵੀ ਚੰਗੀ ਤਿਆਰ ਕਰ ਦੂ ਤੇ ਸੁਭਾਅ ਦੀ ਵੀ ਬਿਲਕੁਲ ਠੰਡੀ ਆ ਗਈ, ਤੇ ਜਿਹੜੀ ਆਰਡਰ ਕੁਆਲਿਟੀ ਹੈ ਆਰਡਰ ਵੀ ਬਹੁਤ ਸੋਹਣਾ ਰੱਖਦੀ ਹੈ। ਕਮਾ ਲਓ ਜੀ, ਬਿਲਕੁਲ ਬਰੀਕ ਆ ਗਈ, ਮੋਟੀ ਨਹੀਂ ਹੈਗੀ ਆਪਾਂ ਕਹਿ ਲਈਏ ਫੈਟ ਵਾਲੀ ਝੋਟੀ, ਸਿੰਗ ਵੀ ਓਰਿਜਨਲ ਆ ਜਿੰਨਾ ਕੁ ਹੈਗਾ। ਤੇ ਬਾਕੀ ਜਿਵੇਂ ਤੁਹਾਨੂੰ ਮੈਂ ਸ਼ੁਰੂ 'ਚ ਹੀ ਦੱਸਿਆ ਵੀ ਕੰਮ ਜ਼ਰੂਰ ਵਪਾਰ ਦਾ, ਪਰ ਬਾਈ ਨੇ ਮੋਡੀਫਿਕੇਸ਼ਨ ਨਹੀਂ ਇਹਦੀ ਜ਼ਿਆਦਾ ਕਰੀ ਹੋਈ, ਜਿਵੇਂ ਕਈ ਵਾਰੀ ਵਪਾਰੀ ਧਲਿਆਰੇ ਵਗੈਰਾ ਝਾਂਜਰਾਂ ਵਗੈਰਾ ਪਾਉਂਦੇ ਨੇ, ਉਹ ਸਿਸਟਮ ਨਹੀਂ ਕਰਿਆ ਹੋਇਆ। ਜਿੰਨੀ ਕੁ ਵੀ ਹੈਗੀ ਆ ਝੋਟੀ ਓਰਿਜਨਲ ਆ ਤੁਹਾਡੇ ਸਾਹਮਣੇ, ਜਿੰਨੀ ਕੁ ਵੀ ਤੁਹਾਨੂੰ ਮੈਂ ਦਿਖਾਈ ਆ। ਆਰਡਰ ਚੌੜਾ ਰੱਖੂਗੀ, ਚਬਾਈ ਦੀ ਆਊਗੀ ਆਊ ਬਿਲਕੁਲ ਇਹ ਫੋਕੀ, ਕਿਉਂਕਿ ਉਹ ਇਹਦੇ ਥਣ ਦਾ ਸਾਈਜ਼ ਹੀ ਦੱਸਦਾ। ਕਮਾਲਾ ਬਾਈ, ਆ ਪਿੰਡ ਆ ਗਿਆ ਬਾਈ ਦਾ, ਚੂਲੜ ਖੁਰਦ, ਤਹਿਸੀਲ ਲਹਿਰਾ ਗਾਗਾ, ਜ਼ਿਲ੍ਹਾ ਸੰਗਰੂਰ ਜ਼ਰੂਰ ਪੈ ਜਾਂਦਾ ਮੇਰਾ ਖਿਆਲ। ਸੰਗਰੂਰ ਦਾ ਬਾਈ ਲਾਸਟ ਪਿੰਡ ਹੀ ਹੋਊਗਾ ਨਾ? ਹਾਂਜੀ ਬਾਈ, ਹਾਂ ਲਾਸਟ ਜਿਹਾ ਪਿੰਡ ਆ ਗਿਆ ਇਹ, ਜਿਹੜੀ ਜਾਖਲ ਮੰਡੀ ਆ ਹਰਿਆਣਾ ਸ਼ੁਰੂ ਹੁੰਦਾ ਨਾ, ਹਰਿਆਣੇ ਦੇ ਜੇ ਆਪਾਂ ਗੱਲ ਕਰ ਲਈਏ, ਜਾਖਲ ਦੇ ਬਿਲਕੁਲ ਨਾਲ ਲੱਗ ਗਿਆ ਕਿ ਇੱਥੋਂ ਦਿਖਾ ਨਹੀਂ ਗਿਆ ਜੀ ਆਰਡਰ ਦਾ, ਹਰਿਆਣੇ ਦੇ ਬਿਲਕੁਲ ਨਾਲ ਆ ਗਿਆ। ਤੇ ਇੱਥੋਂ ਦੀ ਆਰਡਰ ਕੁਆਲਿਟੀ ਕਰ ਸਕਦੇ ਹੋ ਚੈੱਕ, ਆਰਡਰ ਬਹੁਤ ਸੋਹਣਾ ਰੱਖਦੀ ਆ, ਕਿਉਂਕਿ ਜਿੱਡੀ ਕਾ ਆਪਾਂ ਕਹਿ ਸਕਦੇ ਹਾਂ ਆਪਾਂ ਉੱਡਾ ਕੀ ਆਰਡਰ ਆ। ਨੰਬਰ ਬੋਲੀ ਬਾਈ ਤੇਰਾ? 8683-9 ਬਾਈ, 8683-9 67954। ਹਾਂ ਬਾਈ, ਨੰਬਰ ਬਾਈ ਦਾ ਸਕਰੀਨ ਤੇ ਲਾ ਦੂੰਗਾ। ਇਹਨਾਂ ਦੋਵੇਂ ਪਸ਼ੂਆਂ 'ਚੋਂ ਜਿਹੜਾ ਵੀ ਤੁਹਾਨੂੰ ਪਸੰਦ ਆਊਗਾ, ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ। ਧੰਨਵਾਦ।